لكي
जब जानते हो मैं
गल पछाणने वाली है, जानने वाली है। वाहो खसम तू वाहो वाहो खसम तू वाहो जेने रच रचना हम किए जेने रच रचना हम किए جی چیز دسے نہ ہو اسی نرگن آخر
حكم جسد لانه ورد جانده سانو پتا بھی نہیں لگتا قدو كده حكم ورد جانده ایسے دا نام ستگرو گرو ارجن پادشاہ جی نے اس پاوڑی دی اس لائن وچ آکھیا ਕੇ ਹੋਣ ਤੇ ਇੱਕ ਸੂਤ ਵਿੱਚ ਪਰੋਏ ਜਾਣ ਉਹ ਫਿਰ ਅੱਗੇ ਪਿੱਛੇ ਨਹੀਂ ਹੋ ਸਕਦੇ ਜੋ ਨਾ ਵਿੱਚੋਂ ਕੋਈ ਸੂਤ ਲੰਘੇ ਬਸ ਐਗਜ਼ਾਮਪਲ ਹੈ ਗੁਰੂ ਕਹਿੰਦੇ ਨੇ ਜਿੰਨੀ ਰਚਨਾ ਉਹਨੇ ਸਰਗੁਣ ਬਣਾਈ ਹੈ ਨਾ ਉਹਦੇ ਵਿੱਚ ਆਪਣੇ ਹੁਕਮ ਦਾ ਸੂਤ ਰੱਖ ਦਿੱਤਾ कोई उनके हुक्म तो बाहर नहीं हो सकता आप रोज पढ़ने जबी साबित भी पढ़ने हुक्मी होवन आकार हुक्म ना कहया जाए हुक्मी हो سرجنہار کوئی رات رہی
ਪਰ ਇੱਕ ਖਿਆਲ ਕਰੇ ਉਹ ਜਿਵੇਂ ਮੈਂ ਅਰਜ਼ ਕੀਤੀ ਸੀ ਕਿ ਦੋ ਰੂਪ ਨੇ ਰਚਨਹਾਰ ਦੇ ਵੀ ਤੇ ਉਹਦੀ ਰਚਨਾ ਦੇ ਵੀ ਦੋਹਾਂ ਦਾ ਜ਼ਿਕਰ ਹੈ ਇੱਕ ਰੂਪ ਹੈ ਉਹਦਾ ਰਚਨਾ ਦਾ ਜਿਹੜਾ ਦਿਸਦਾ ਹੈ ਔਰ ਬੜੀ ਅਜੀਬ ਗੱਲ ਹੈ ਇੱਕ ਰੂਪ ਉਹ ਹੈ ਜਿਹੜਾ ਦਿਸਦਾ ਨਹੀਂ ਸਾਡੇ ਅੰਦਰ ਜੀਵਨ ਗੁਰੂ ਨੇ ਵੀ ਆਖਿਆ ਜੀਵ ਨੂੰ ਮੈਂ ਜੀਵਨ ਪਾਇਆ ਕੋਈ ਦਿਸਦਾ ਮੈਂ ਕਈ ਵਾਰ ਅਰਜ਼ ਕੀਤੀ ਹੈ ਕਿ ਜਦੋਂ ਅੰਦਰੋਂ ਜੀਵਨ ਚਲਾ ਜਾਂਦਾ ਹੈ ਲੋਕ ਕਹਿੰਦੇ ਨੇ ਫੁਰਾਣਾ ਸਿੰਘ ਚੜ੍ਹਾਈ ਕਰ ਦਿੱਤਾ ਚਲਾ ਗਿਆ ਕਿਹੜੀ ਚੀਜ਼ ਚਲੀ ਜਾਂਦੀ ਕਦੇ ਕਿਸੇ ਨੂੰ ਜਾਂਦੀ ਦੇਖੀ ਕਿੰਨੇ ਦੇਖੀਏ ਜਾਂਦੀ ਡਾਕਟਰ ਚਾਰਜ ਫਿਰ ਖੜੇ ਹੋ ਗਏ ਕਰਦੇ ਜੀ ਪਰਿਵਾਰ ਦੇ ਮੈਂਬਰ ਚਾਰੋਂ ਤਰਫ ਖੜੇ ਹੁੰਦੇ ਉਹਨਾਂ ਦੇ ਕੋਲ ਉਹਨਾਂ ਦੀ ਮੌਜੂਦਗੀ ਵਿੱਚ ਕੋਈ ਚੀਜ਼ ਅੰਦਰੋਂ ਨਿਕਲ ਚੱਲ ਕੇ ਚਲੀ ਜਾਂਦੀ ਉਹਨੂੰ ਫੜ ਨਹੀਂ ਸਕਦੇ ਦੇਖ ਨਹੀਂ ਸਕਦੇ ਹਰ ਇੱਕ ਚੀਜ਼ ਦੇ ਦੋ ਰੂਪ ਨੇ ਔਰ ਇੱਕ ਖਿਆਲ ਕਰੋ ਸ਼ਕਤੀ ਹਮੇਸ਼ਾ ਨਿਰਗੁਣ ਦੇ ਜਿਹੜੀ ਚੀਜ਼ ਦਿਸਦੀ ਨਹੀਂ ਮੈਂ ਇਹਦਾ ਦਾ ਐਗਜ਼ਾਮਪਲ ਦਿੱਤੀ ਸੀ ਵੀ ਆ ਲਾਈਟ ਦਿਸਦੀ ਬਲਬ ਦਿਸਦੇ ਪੱਖੇ ਦਿਸਦੇ ਪਰ ਇਹਨਾਂ ਦੇ ਪਿੱਛੇ ਕੋਈ ਸ਼ਕਤੀ ਹੈ ਉਹ ਸ਼ਕਤੀ ਜਿਹਨੂੰ ਅਸੀਂ ਕਰੰਟ ਆਖਦੇ ਹਾਂ ਕਰੰਟ ਦਿਸਦਾ ਨਹੀਂ ਕਈ ਲੋਕ ਤਾਰ ਨੂੰ ਭੁਲੇਖੇ ਦਾ ਹੱਥ ਪਾ ਲੈਂਦੇ ਹਨ ਉਹਨਾਂ ਨੂੰ ਪਤਾ ਨਹੀਂ ਹੁੰਦਾ ਇਹਦੇ ਵਿੱਚ ਕਰੰਟ ਹੈ ਕਿਉਂਕਿ ਦਿਸਦਾ ਨਹੀਂ ਕਰੰਟ ਦਿਸਦਾ ਨਹੀਂ ਜਦੋਂ ਇਹ ਲਾਈਟ ਜਿਹੜੀ ਦਿਸਦੀ ਹੈ ਉਹ ਪੁੱਜ ਜਾਏ ਤੇ ਅਸੀਂ ਕਹਿੰਦੇ ਹਾਂ ਬਿਜਲੀ ਚਲੀ ਗਈ ਕਿਸੇ ਨੇ ਜਲਦੀ ਵੇਖੀ ਸਿਰਫ ਅਸੀਂ ਕਿਹਾ ਜਿਹੜਾ ਦਿਸਦਾ ਕਿਹਾ ਸੀ ਨਾ ਮਤਲਬ ਇਹ ਬੁੱਝਦਾ ਦੇਖਿਆ ਸਾਨੂੰ ਨਹੀਂ ਪਤਾ ਜਾਣ ਵਾਲੀ ਚੀਜ਼ ਦੇ ਪਿੱਛੋਂ ਜਿਹੜੀ ਚਲੀ ਗਈ ਉਹ ਕਿਵੇਂ ਚਲੀ ਗਈ ਤੇ ਜੇ ਅਚਾਨਕ ਫਿਰ ਜਾਗ ਪਵੇ ਸੀ ਕਿਹਨੇ ਬਿਜਲੀ ਆ ਗਈ ਨਾ ਕਿਸੇ ਨੇ ਜਾਂਦੀ ਵੇਖੀ ਨਾ ਕਿਸੇ ਨੇ ਆਉਂਦੀ ਵੇਖੀ ਆ ਉਹ ਕਿਹਨੇ ਨੱਪੇ ਤੇ ਉਹ ਕਵਨੇ ਜਾਣੇ ਨੀ ਭਾਈ ਗੁਰਬਾਣੀ ਵੀ ਕਹਿ ਜਿਹੜੀ ਚੀਜ਼ ਵੀ ਨਿਰਗੁਣ ਹੈ ਸ਼ਕਤੀ ਉਹ ਹੋਈ ਹੈ ਬਲਬ ਬਿਲਕੁਲ ਨਹੀਂ ਜਾਗ ਸਕਦਾ ਜੇ ਕਰੰਟ ਨਾ ਹੋਵੇ ਜਿਹੜੀ ਚੀਜ਼ ਵੀ ਨਹੀਂ ਦਿਸਦੀ ਨਿਰਗੁਣ ਹੈ ਅਸਲ ਸ਼ਕਤੀ ਉਹ ਹੋਈ ਹੈ ਤੇ ਸਾਡੇ ਅੰਦਰ ਵੀ ਕੋਈ ਨਿਰਗੁਣ ਬੈਠਾ ਹੈ ਜਿਹਨੂੰ ਅਸੀਂ ਜੀਵਨ ਆਖਦੇ ਹਾਂ ਜਿਸ ਨੂੰ ਆਖਦੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ ਉਹ ਨਿਰਗੁਣ ਬੈਠਾ ਹੈ ਅੰਦਰ ਸਾਨੂੰ ਦਿਸਦਾ ਨਹੀਂ ਅਸੀਂ ਤੁਸੀਂ ਦਿਸਦੇ ਹਾਂ ਅਸੀਂ ਤੁਸੀਂ ਦਿਸਨੇ ਹਾਂ ਇੱਕ ਦੂਜੇ ਨੂੰ ਇਸ ਲਈ ਸਾਡਾ ਸਨੇਹ ਲਗਾਓ ਵੀ ਦਿਸਣ ਵਾਲੀ ਚੀਜ਼ ਨਾਲ ਹੋ ਜਾਂਦਾ ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇੱਕ ਲਾਈਨ ਨੇ ਇਸ ਗੱਲ ਲਈ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਉਹ ਕਹਿੰਦੇ ਨੇ ਅਗਲੀ ਲਾਈਨ ਅੰਦਰ ਸਾਧੂ ਰਚਨਾ ਰਾਮ ਬਣਾਈ ਤੋਂ ਅਗਲੀ ਲਾਈਨ ਪੜ੍ਹੋ ਕਹਿੰਦੇ ਨੇ ਪਰੇਸ਼ਾਨੀ ਕੀ ਹੋ ਗਈ ਇੱਕ ਬਿਨਸ ਹੈ ਹੁਣ ਬਿਨਸ ਨਾ ਕੀ ਹੋ ਸਰੀਰ ਤਾਂ ਬਿਨਸਦਾ ਨਹੀਂ ਸਾਡੇ ਸਾਹਮਣੇ ਹੁੰਦਾ ਉਹ ਜਿਹੜੀ ਬਿਨਸੇ ਵਾਲੀ ਚੀਜ਼ ਹੈ ਉਹ ਤਾਂ ਅੰਦਰੋਂ ਚਲੀ ਗਈ ਉਹ ਤਾਂ ਦਿਸੀ ਗਈ ਉਹ ਨਾ ਦਿਸਣ ਵਾਲੀ ਜਿਹੜੀ ਚੀਜ਼ ਸੀ ਨਾ ਉਹਨੂੰ ਸਮਝਣਾ ਸਾਡਾ ਬਹੁਤ ਜ਼ਰੂਰੀ ਸੀ
نتیجہ یہ نکلیا اسی انہوں کچھ سمجھے نہیں لو رب دا بھی نرگن سروپ اسی نہیں سمجھیا تے برہمن نے سرگن روپ پتھر دی مورتیاں انہوں بھگوانا کے ساتھ سامنے بٹھا دیتا وہ اسی سمجھے یہ پتھر پوجا شروع ہوئی کیوں مورتی پوجا کیونکہ سانو تا اس سے چیز دا پتا لگنا جڑی چیز دس دی پتھر دی مورتی دس رہی سی یہ برہمن بھی ایک نوی کار سی دی جے منوک نو دسن والی چیز جاری سمجھ ہو گا تے میں بھگوان بھی او بنا دیا جڑا دس دا پر او سے بھگوان دا جندا نا لائے کہ او اے مورتی بنا بیٹھا سی او سے بھگوان دا جڑا نرگن سروپ ہے حکم روپ اونو او دے سی من دا نا من رہا سی او دس دا نہیں تے گرو نانک نے گرو تیگ بہادر پاتشاہ جی نے اس لائن وچ ایک گل بڑی سپشٹ کر دتی کہن لگے نتیجہ یہ کہ یہ ہویا بھی رچنا دے جڑے دو روپ سن انہوں منک سمجھ ہی نہیں سکے تے بابا نام دیو جی نے بھی یہ گل آخ کہن لگے کہن نام دیو विचार के देख सिर्फ सरगुण नहीं निर्गुण भी उनकी रचना है ओ है हुकुम तू शरीर देख रहा है उनके विच वर्त रहा उनका हुकुम नहीं समझ रहा उनका नतीजा यह है जो हुकुम के अधीन कोई चला जाता है तू परेशान होना है क्यों क्यों तो हुकुम नू तू पछाणिया नहीं اس لئے تو سنسار نو ہی تھے سمجھ لے میرے میں بڑی بچا کیا کیوں تیری بہادر صاحب کہہ لے سادھو رچنا رام بنائی ایک بن سے ایک تیرے سامنے چلا گیا ہے اندر جو نرگن جیو وکرا ہو گیا پر تُو پھر اپنے آپ نو ستھیر سمجھی بیٹھا ہے تیروں پتہ نہیں اندر بھی کوئی چیز ہے جڑی ہوں دے اندروں چلی گئی ہے کال نو میرے اندروں بھی چلی جاتی تُو اپنے آپ نو ستھیر سمجھنا ہے اپنی رسنا تو بابا کبیر جی دے ایک شبد ہے کہہ دے اوپ جائے نپج سوائی جب مطلب پیدا ہونا رچیا جانا تے نپج دا مطلب ہوتا ہے پھر اس نپجی اپجی ہوئی چیز دا وڈا ہونا نپجنا تے وڈے ہون تو بعد کی ہوتا ہے ختم ہو جانا گروہ کہتے ہیں نپجائے نپج سماری کہل کے ایک کہانی کوئی ایک دی نہیں صدیوں تو جگہ تو ساڑے تو اٹھے سامنے اس رچنہ دا اتماشا ہو رہے ہیں کہ لوگ اپجدے ہیں بچہ اپجدہ ہے پیدا ہندہ ہے نپجدہ ہے بڑھا ہندہ ہے پہ بڑھا ہو کے مردن ہے کوئی ایک نے تھوڑا دیکھنے اسی سارے نے دیکھے تھے اور روز دیکھنے بلکہ اتھو تا کہہ دیتا گروہ نے کہہ دیتا کتھے تہنے مامیا بس وہ بھی تھا کدھے پیدا ہوئے سا کدھی ہوئی بچے سا کدھی ہوئی بڑے ہوئے سا کتھے تہنے
تینوں اجے بھی وشواس نہیں آیا کہ اس رچنا دا مالک تو نہیں رچن ہار نے جڑا نرگن حکم روپ مریادا روپ میں اس نے کہیں گے عرض کرنا سری گرو گرنتھ صاحب کی ہے سنسار دی ایک جیون مریادا اندے ہوندے ہاں سانوں کسی ہور مریادا کو پوچھن دی لوڑ نہیں پورے جیون دا سارا کچھ اس کینڈیڈیٹ وچ ہے تے او مریادا جڑی دسدی نہیں مریادا کدی دسدی نہیں جن دے تے مریادا لاگو ہوندی نا او دسدا ہے مریادا نہیں ساڈے اندر نیم کی نے نیم ساڈے نہیں دسدے اسی دسنے ہاں کیونکہ اسی سرگنا نیم جڑے نرگن دیکھو سرکار نے قانون بنایا ہے انہیں اپنے یہ نہیں کہ صرف سرگن سنسار نو اپنے دیش نو سنبھالیا اندے جی جیوں دی گنتی کیتی ہے نہیں انہیں ایک قانون بھی بنایا ہے ودھان بھی بنایا ہے وہ قانون جڑا ہے وہ نرگن وہ لاگو ہوتا ہے وہ دسدا نہیں پر منگنا نہ ضروری ہے جی پتا سرکار قانون نہ بنائے سنویدھان نہ بنائے صرف اپنے لوگوں کی گنتی منتی کر کے انہوں نے سنبھالنا چاہنا ہی سنبھال سکتا انہوں نے کیویں کنٹرول کرنا ہے اندر ہی وہ قانون بنانا پہ سنویدھان بنانا پہ ہوں سنویدھان لاگو کرنے لئی سرکار نام کی کوئی اپنا سروپ وکھرا تے ہے نہیں وہ سنویدھان لاگو کرنے لئی انہوں پولیس دا محکمہ بنانا پیا ہوں کوئی پولیس والا جے آ جائے تے آکھے میں پولیس والا تے تسی منو گے وہ کہے گا نہیں میں تا قانون تو بچے ہو گیا تیرے تے قانون تیرے تے سنویدھان لاگو کرنا ہے یہ نہیں کرے گا تین وہ عدالت میں پیش کر عدالت میں بیٹھا ہے جج جج بھی اپنے آپ میں کچھ نہیں اندھے کول بھی تو قانون دی کتاب بھی ہے اندھے کول بھی سردار دی کتاب بھی ہے اور جج دی کوئی ویلیو نہیں اسی جج نو نمسکار کری جائیے جج نو دوش دے جدو کسے نو وہ پھانسی دیندا ہے تا وہ ان دا دشمن نہیں ہوندا ہوں تھی دوشی ٹھہراؤ بھی انہیں میرے رشتے دار یا میرے متر پھانسی دیتی میرا دشمن ہے بالکل نہیں وہ کسی کا دشمن تو ہے نہیں وہ تو قانون چلا رہے ایک گل کریو اسی طرح رچنا بنانے والے مالک نے وڈے بادشاہ نے سچے بادشاہ نے اس اکال پرکھ نے جتھے سنسار دی رچنا کیتی ہے اتھے سنسار نوں کنٹرول کرنے واسطے ایک مریادا ایک نجماولی بنائی ہے جن دا نام سی نجماولی اندے تو سمجھ لو لاگو نہیں کرنی یہ تو سنا رہے بار بار بھی آ نیم ہے پاوے کوئی بھی نیم سن وہ سری گرو گرنتھ صاحب جی لکھ کے کہنے لگے وہ سن سنویدھان کا ایک خلاصہ کر کے تھے کہ اسے لیے آخنے یہ تو کی بانی آئی اور اسی لیے جدو قاضی تے ملانے نے بھی گرو نانک تے سوال کیتا نا پوچھن کھول کتاب نو بڑا ہندو کے مسلمان ہوئی جے اگر رب دے گھر دی گلاں دسدی ہے تے سن بس تے گرو نانک نے آکھیا کہن لگے بابا آکھے حاجیاں شبہ ملا وجو دونوں اگے جات نہ جو ہے اے رب دے گھر دا سنویدھان ہے پر سنویدھان کدی دسدا نہیں وہ ورتدا ہے سنویدھان دسدا نہیں وہ نرگن سروپ ہے ان کا نتیجہ یہ نکلیا کہ منکھ اس سنویدھان نو نہ سمجھ سکیا
ਭਾਵ ਅੱਜ ਵੀ ਅਸੀਂ ਗੁਰਬਾਣੀ ਨੂੰ ਨਹੀਂ ਸੁਣ ਸਕਦੇ ਤੇ ਨਾ ਸਮਝ ਸਕਣ ਕਰਕੇ ਹੋਇਆ ਕਿ ਇੱਕ ਬਿਨਸੇ ਇੱਕ ਅਸਥਰ ਮਨ ਉਹਦਾ ਸਿਧਾਂਤ ਤਾਂ ਇਹ ਆਵਾਜ਼ਾਂ ਦੇ ਰਿਹਾ ਸੀ ਜਗ ਰਚਨਾ ਸਭ ਝੂਠ ਹੈ ਸਿਧਾਂਤ ਆਪਣੀ ਅਸੀਂ ਜਗ ਰਚਨਾ ਸਭ ਝੂਠਾ ਹੈ ਜਾਣ ਲਿਓ ਰੇ ਮੀਤ ਕਹ ਨਾਨਕ ਫਿਰ ਨਾ ਰਹੇ ਇਹ ਫਿਰ ਨਾ ਹਮੇਸ਼ਾ ਨਹੀਂ ਰਹਿਣੀ ਪਰ ਮਨੁੱਖ ਕੀ ਸਮਝ ਰਿਹਾ ਸੀ ਇੱਕ ਬਿਨਸੇ ਇੱਕ ਅਸਥਿਰ ਮਨ ਉਹ ਫਿਰ ਸਮਝ ਰਿਹਾ ਸੀ ਉਹਦੇ ਸਾਹਮਣੇ ਉਹਦੇ ਦੇਖਦਿਆਂ ਦੇਖਦਿਆਂ ਉਹਦਾ ਪਿਤਾ ਚਲਾ ਗਿਆ ਉਹਦੀ ਮਾਤਾ ਚਲੀ ਗਈ ਉਹਦੇ ਦਾਦਾ ਚਲੇ ਗਏ ਉਹਦੇ ਭੈਣ ਭਰਾ ਅਨੇਕਾਂ ਵਿਛੜ ਗਿਆ ਫਿਰ ਵੀ ਇਹਨੂੰ ਵਿਸ਼ਵਾਸ ਨਹੀਂ ਆਇਆ ਇਹੋ ਗੱਲ ਗੁਰੂ ਨੇ ਆਖੀ ਦੇ ਵਿੱਚ ਸਮਾਈ ਨੈਨੋ ਦੇਖਤ ਅੱਖਾਂ ਨਾਲ ਦੇਖਦਿਆਂ ਦੇਖਦਿਆਂ ਨੈਨੋ ਦੇਖਤ ਇਹ ਚੱਲ ਜਾਏ ਇੰਨੀ ਲੋਹਣੀ ਦੇਖਦਿਆਂ ਕਿਤੇ ਚੱਲ ਗਈ ਪਰ ਹੋਇਆ ਕੀ ਸਭ ਨੂੰ ਜਾਂਦਾ ਇਹਨੇ ਦੇਖਿਆ ਐਨਕ ਜਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸਮਝਾਲੀ ਉਹ ਜਿਹੜੇ ਅੱਗ ਲਗਾ ਰਹੇ ਸਨ ਜਿਹੜੇ ਜਾਲ ਰਹੇ ਸਨ ਇਸ ਤਨ ਨੂੰ ਉਹ ਵੀ ਆਪਣੇ ਤਨ ਨੂੰ ਸਥਿਰ ਸੋਚ ਬੈਠੇ ਅਜੀਬ ਗੱਲ ਹੈ ਇਹ ਬਿਨਸੈ ਇੱਕ ਅਸਥਿਰ ਮਨ ਅਚਰਜ ਲਿਖੇ ਉਹਨੇ ਜੇ ਕਹਿਣ ਲੱਗੇ ਉਹਦਾ ਕਾਰਨ ਕੀ ਹੈ ਕਿਉਂਕਿ ਅਸੀਂ ਰਚਨਾ ਨੂੰ ਸਮਝ ਨਹੀਂ ਸਕੇ ਇੰਨੇ ਮਨ ਰਹੇ ਕਿ ਅਸੀਂ ਤੁਸੀਂ ਕਿਸੇ ਦੀ ਰਚਨਾ ਤੇ ਜਿਹੜਾ ਰਚਨਹਾਰ ਹੈ ਉਹਦੀ ਰਚਨਾ ਇੱਕ ਹੋਰ ਵੀ ਹੈ ਜਿਹਨੂੰ ਨਿਰਗੁਣ ਕਹਿੰਦੇ ਨੇ ਉਹ ਹੈ ਇਸ ਰਚਨਾ ਤੇ ਲਾਗੂ ਹੋਣ ਵਾਲਾ ਇੱਕ ਸੰਵਿਧਾਨ ਉਹ ਹੈ ਇਸ ਰਚਨਾ ਤੇ ਲਾਗੂ ਹੋਣ ਵਾਲਾ ਇੱਕ ਹੁਕਮ ਹੁਣ ਸਭ ਚੀਜ਼ ਬਕਾਇਦਾ ਨਿਯਮਬੱਧ ਕਰ ਦਿੱਤੀ ਸਾਨੂੰ ਬਾਣੀ ਵਿੱਚ ਕਹਿ ਦਿੱਤਾ ਚੰਤ ਜੀ ਰਚਨਾ ਮਾਤ ਗਰਭ ਸਥਾਪਨਾ ਰਚਨਾ ਦੇ ਸੰਬੰਧ ਵਿੱਚ ਗੁਰੂ ਸਾਹਿਬ ਨੇ ਬੜਾ ਸਪਸ਼ਟ ਕੀਤਾ ਕਹਿਣ ਲੱਗੇ ਰਚਨਹਾਰ ਨੇ ਜਦੋਂ ਜੀਆਂ ਦੀ ਰਚਨਾ ਕੀਤੀ ਨਾ ਤੇ ਉੱਥੇ ਇੱਕ ਨਿਯਮ ਬਣਾ ਦਿੱਤਾ ਕਿ ਮਾਤ ਗਰਭ ਸਥਾਪਨਾ ਪਹਿਲਾਂ ਮਾਂ ਦੇ ਗਰਭ ਵਿੱਚ ਜਾਏਗਾ ਭਾਵੇਂ ਸੱਪ ਹੋਵੇ ਭਾਵੇਂ ਪੰਛੀ ਹੋਵੇ ਭਾਵੇਂ ਮਨੁੱਖ ਹੋਵੇ ਉਹਦੀ ਸਥਾਪਨਾ ਮਾਤਾ ਦੇ ਗਰਭ ਵਿੱਚ ਹੁੰਦੀ ਹੈ ਫੈਸਲਾ ਗੁਰਬਾਣੀ ਦਾ ਅਟਲ ਨਿਯਮ ਨੇ ਇੱਕ ਸੰਵਿਧਾਨ ਹੈ ਜਿਹੜਾ ਤੋੜਿਆ ਨਹੀਂ ਜਾ ਸਕਦਾ ਪਰ ਮਨੁੱਖ ਇਸ ਸੰਵਿਧਾਨ ਨੂੰ ਸਮਝ ਨਹੀਂ ਰਿਹਾ ਗੁਰੂ ਆਖਦੇ ਨੇ ਰਚੰਤ ਜੀ ਰਚਨਾ ਮਾਤ ਗਰਭ ਸਥਾਪਨਾ ਜੀਆਂ ਦੀ ਰਚਨਾ ਕਰਨ ਲੱਗੇ ਹਾਂ ਉਹਨੇ ਹਰ ਜੀਵ ਲਈ ਇੱਕ ਨਿਯਮ ਇੱਕ ਸੰਵਿਧਾਨ ਬਣਾ ਦਿੱਤਾ ਕਿ ਤੈਨੂੰ ਮਾਤਾ ਦੇ ਗਰਭ ਵਿੱਚ ਜਾਣਾ ਪਵੇਗਾ ਉਹਦੇ ਸੰਵਿਧਾਨ ਨੂੰ ਅਸੀਂ ਨਹੀਂ ਸਮਝ ਲੈ ਰਚਨਾ ਦੇ ਨੇੜੇ ਹੋ ਰਹੇ ਹੈ ਰਚਨਾ ਨਾਲ ਪਿਆਰ ਵੀ ਕਰ ਰਹੇ ਰਚਨਾ ਸਾਨੂੰ ਚੰਗੀ ਲੱਗਦੀ ਹੈ ਸੰਸਾਰ ਸਾਨੂੰ ਬੜਾ ਚੰਗਾ ਲੱਗਦਾ ਹੈ ਰਿਸ਼ਤੇਦਾਰ ਮਿੱਤਰ ਦੋਸਤ ਦੁਨੀਆ ਦੀ ਸੰਪਤਾ ਸਾਨੂੰ ਬੜੀ ਚੰਗੀ ਲੱਗਦੀ ਹੈ ਰਚਨਾ ਨਾਲ ਸਾਡਾ ਸੰਬੰਧ ਪਰ ਰਚਨਹਾਰ ਦੇ ਸੰਵਿਧਾਨ ਨੂੰ ਅਸੀਂ ਸਮਝਣ ਲੱਗੇ ਉਹਦਾ ਨਤੀਜਾ ਇਹ ਹੈ ਆਪਣੀ ਰਸਮਾਂ ਤੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਭਰਿਆ ਮੈਂ ਤੈਨੂੰ ਸਮਝਾ ਦੇਣਾ ਚਾਹੁੰਦਾ ਉਸ ਰਚਨਹਾਰ ਨੇ ਕੁਝ ਨਿਯਮ ਵੀ ਬਣਾਏ ਉਹ ਹੈ ਝੂਠਾ ਤਨ ਸੱਚਾ ਕਰਮਾਨਿਆ ਜੋ ਸੁਪਨਾ ਰਹਿਣ ਆਈ ਇਹ ਤਾਂ ਰਾਤ ਰਾਤ ਦੇ ਸੁਪਨੇ ਵਾਂਗੂ ਹੈ ਜੀਵਨ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਪਰ ਹੋਇਆ ਕਿ ਸਾਚ ਕਰ ਹਮ ਗਾਠ ਅਸੀਂ ਸੁਪਨੇ ਨੂੰ ਸੱਚ ਸਮਝਦੇ ਕਹਿਣ ਲੱਗੇ ਉਸਦਾ ਨਤੀਜਾ ਇਹ ਹੈ ਇੱਕ ਗੱਲ ਸਮਝਣ ਵਾਲੀ ਹੈ ਕਿ ਅਸੀਂ ਰਚਨਾ ਨੂੰ ਸਮਝ ਨਹੀਂ ਰਹੇ ਜੇ ਸਮਝ ਲਈਏ ਜੇ ਗੁਰੂ ਸਮਝਾਉਣਾ ਚਾਹੁੰਦਾ ਹੈ ਕਹਿੰਦੇ ਨੇ ਇਹ ਗੱਲ ਸੋਚ ਸਮਝ ਲੈ ਕਿ ਸੰਸਾਰ ਜੋ ਦਿਸ ਹੈ ਸੋ ਸਗਲ ਵਿਨਾਸ਼ ਜਿਹੜੀ ਵੀ ਚੀਜ਼ ਦਿਸਣ ਵਾਲੀ ਹੈ ਉਹ ਹਮੇਸ਼ਾ ਨਹੀਂ ਰਹੇਗੀ ਜੋ ਦਿਸ ਹੈ ਸੋ ਸਗਲ ਵਿਨਾਸ਼ ਉਹਦਾ ਰਹਿਣਾ ਤਾਂ ਇਹੋ ਹੀ ਹੈ ਜਿਉਂ ਬਾਦਲ ਕੀ ਛਾਈ
ਜਿਵੇਂ ਬੱਦਲ ਆ ਜਾਣ ਤੇ ਉਹਨਾਂ ਦੀ ਛਾਂ ਦੇ ਥੱਲੇ ਮਨੁੱਖਾ ਕੇ ਮੈਂ ਜੀਵਨ ਬਿਤਾ ਲਵਾਂ ਨਹੀਂ ਉਹ ਤਾਂ ਤੁਰਦੀ ਛਾਂ ਹੈ ਤੁਰਦੀ ਛਾਂ ਹੈ ਕਹਿਣ ਲੱਗੇ ਇਸੇ ਤਰ੍ਹਾਂ ਜਨ ਨਾਨਕ ਜਗ ਜਾਣਿਆ ਮਿਥਿਆ ਇਸ ਨੂੰ ਮਿਥਿਆ ਸਮਝ ਲੈ ਪਰ ਮਨੁੱਖ ਕਿਉਂਕਿ ਨਿਰਗੁਣ ਉਹਦੇ ਹੁਕਮ ਨੂੰ ਨਹੀਂ ਪਛਾਣ ਲਿਆ ਇਸ ਲਈ ਜਗ ਨੂੰ ਮਿਥਿਆ ਵੀ ਸਮਝ ਲਿਆ ਇਸ ਰਚਨਾ ਨੂੰ ਸੱਚ ਸਮਝ ਕੇ ਹਮੇਸ਼ਾ ਲਈ ਇਹਨੂੰ ਗੱਲ ਪਾ ਲੈਣਾ ਚਾਹੁੰਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਹੋ ਫੈਸਲਾ ਸੁਣਾਇਆ ਤੇ ਕਹਿ ਚਾਬੀਆਂ ਕੱਢ ਲਿਆ ਇਹ ਨਹੀਂ ਸੋਚ ਰਿਹਾ ਵੀ ਇਹ ਚਾਬੀਆਂ ਕਦੀ ਇਹਦੇ ਕੋਲ ਸਨ